ਆਪਣਾ ਰਿੰਕੂ ਬਾਈ ਬਕਾਇਆ ਕਿੰਨਾ ਸੀ ਭਲਾ ਆਪਣਾ? ਜੀ ਬਾਈ 50,000 ਸੀ। 50 ਸੀਗਾ, ਉਹ ਲੈ ਇਹ 50 ਹੀ ਆ ਪੂਰਾ, ਆਹ ਫੜ ਮੇਰਾ ਭਰਾ। ਬਹੁਤ ਧੰਨਵਾਦ ਵੀਰੇ, ਤੁਹਾਡਾ ਕੰਮ ਬਹੁਤ ਸੋਹਣਾ ਸੀ, ਤੁਹਾਡੇ ਭੰਗੜੇ ਵਾਲੇ ਮੁੰਡਿਆਂ ਦੀ ਐਨਰਜੀ ਮੈਂ ਕਹਿੰਦਾ ਰੰਗ ਬੰਨਦੇ ਸਾਰਾ ਟੱਬਰ ਖੁਸ਼ ਹੋ ਗਿਆ। ਇੱਕ ਆਪਣਾ ਉਹ ਕੁੜੀ ਸੀ ਜਿਹੜੀ ਤੁਹਾਡੀ ਘੱਗਰੇ ਜਿਹੇ ਵਾਲੀ ਉਹ ਸਟੇਜ 'ਤੇ ਆਈ ਸੀ ਜਿਹੜੀ, ਪਿੰਕੀ? ਹਾਂ ਪਿੰਕੀ, ਉਹਨੇ ਤਾਂ ਰੰਗ ਬੰਨਤਾ ਗੁਰੂ, ਆ ਸਵਾਦ ਆ ਗਿਆ ਪੂਰਾ। ਇੱਕ ਮਿੰਟ ਰੁਕੀ ਜ਼ਰਾ, ਇੱਕ ਦੋ ਤਿੰਨ ਚਾਰ, ਚੱਲ ਐਂ ਕਰ ਆਹ ਫੜੋ 5,000 ਇੱਕ ਹੋਰ। ਓਏ ਨਾਮ ਆ ਉਹਦਾ ਪਿੰਕੀ ਦਾ, ਓਏ ਅਗਲੀ ਵਾਰੀ ਬੁੱਕ ਨਹੀਂ ਕਰਨੀ, ਜਿਉਂਦੇ ਵਸਦੇ ਰਹੋ ਭਰਾ। ਬਹੁਤ ਸੋਹਣਾ ਕੰਮ ਕੀਤਾ ਤੁਸੀਂ, ਬਹੁਤ ਸੋਹਣਾ। ਚਲੋ ਜੀ ਚੰਗਾ ਬਾਈ, ਥੈਂਕ ਯੂ ਜੀ। ਬਾਈ ਤਾਂ ਪਾਣੀ ਤਾਂ ਲਿਆ ਯਾਰ ਮਾੜਾ ਜਿਹਾ। ਉਹ ਸੱਚ ਬਾਬਾ ਜੀ ਵੀ ਆਏ ਆ। ਆਹੋ ਜੀ ਬਾਬਾ ਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ? ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ। ਕਿਵੇਂ ਜੀ, ਠੀਕ ਠਾਕ? ਹਾਂਜੀ ਠੀਕ ਆ ਬਾਈ ਜੀ। ਉਹ ਬਾਬਾ ਜੀ ਤੁਹਾਡੀ ਵੀ ਸੱਚ ਭੇਟਾ ਦੇਣੀ ਆ, ਕਿੰਨੀ ਭੇਟਾ ਸੀ ਭਲਾ ਆਪਣੀ? 51,000 ਬਾਬਾ ਜੀ। 51,000, ਕਮਾਲ ਕਰਦੇ ਹੁੰਦੇ ਬਾਬਾ ਜੀ, ਥੋੜਾ ਬਹੁਤਾ ਲਿਹਾਜ਼ ਕਰੀਦਾ ਹੁੰਦਾ ਆ, ਇੰਨੇ ਪੈਸੇ ਗੁਰੂ ਘਰ ਦੀ ਤੁਸੀਂ ਸੇਵਾ ਕਰਨ ਡੇ ਜੇ। 51,000 ਕਿੰਨੀ ਕੁ ਜ਼ਿਆਦਾ ਆ ਜੀ? ਉਹ ਚਲੋ ਕੋਈ ਨਹੀਂ ਮੈਂ ਦੇਣਾ ਤੁਹਾਨੂੰ, ਪਰ ਪੈਸੇ ਬਹੁਤ ਜ਼ਿਆਦਾ ਮੰਗਣ ਲੱਗ ਪਏ ਤੁਸੀਂ ਅੱਜ ਕੱਲ੍ਹ। 1,000 ਰੁਪਇਆ ਤਾਂ ਆਉਂਦਾ। ਕੋਈ ਨਹੀਂ ਦੇਣਾ ਮੈਂ ਤੁਹਾਨੂੰ ਪੈਸੇ, ਆਹ ਲਓ ਫੜੋ ਉੱਕਾ ਪੁੱਕਾ 3,100 ਰੁਪਈਆ। ਬਾਪੂ ਨੱਚਣ ਵਾਲਿਆਂ ਦੇ ਇੰਨੇ ਪੈਸੇ ਤੇ ਗ੍ਰੰਥੀ ਸਿੰਘ ਦੇ ਇੰਨੇ ਘੱਟ। ਇਸੇ ਕਰਕੇ ਤਾਂ ਗ੍ਰੰਥੀ ਸਿੰਘ ਘੱਟ ਆ ਪੁੱਤ।